ਜੇਐਨਯੂ ਚ ਨਕਾਬਪੋਸ਼ਾਂ ਨੇ ਮਚਾਇਆ ਆਤੰਕ। ਲਾਠੀਆਂ ਨਾਲ ਲੈਸ ਗੁੰਡਿਆਂ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਤੇ ਕੀਤਾ ਹਮਲਾ। 18 ਵਿਦਿਆਰਥੀ ਹੋਏ ਜ਼ਖਮੀ। ਏਮਸ ਹਸਪਤਾਲ ਕਰਾਇਆ ਗਿਆ ਦਾਖਲ। ਸਟੂਡੈਂਟ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼ ਬੁਰੀ ਤਰ੍ਹਾਂ ਹੋਈ ਫੱਟੜ। ਹਿੰਸਾ ਦੌਰਾਨ ਕੁਝ ਅਧਿਆਪਕ ਵੀ ਜ਼ਖਮੀ। ਜੇਐਨਐਸਯੂ ਤੇ ਏਬੀਵੀਪੀ ਨੇ ਇੱਕ ਦੂਜੇ ਤੇ ਹਿੰਸਾ ਦੇ ਲਾਏ ਦੋਸ਼। ਵਿਦਿਆਰਥੀਆਂ ਨੇ ਦੇਰ ਰਾਤ ਦਿੱਲੀ ਪੁਲਿਸ ਹੈੱਡਕੁਆਰਟਰ ਦੇ ਬਾਹਰ ਦਿੱਤਾ ਧਰਨਾ। ਦੇਸ਼ ਦੇ ਵਿਸ਼ਵ ਵਿਦਿਆਲੇ ਤੇ ਸਕੂਲ ਹੁਣ ਵਿਦਿਆ ਦਾ ਮੰਦਿਰ ਨਹੀਂ ਰਹੇ, ਬਲਕਿ ਗੁੰਡਾਗਰਦੀ ਤੇ ਰੰਜਿਸ਼ਾਂ ਪਗਾਉਣ ਦਾ ਅੱਡਾ ਬਣ ਗਏ ਨੇ। ਜਵਾਹਰ ਲਾਲ ਯੂਨੀਵਰਸਿਟੀ 'ਚ ਇੱਕ ਵਾਰ ਫਿਰ ਤੋਂ ਹਿੰਸਾ ਦਾ ਮਾਮਲਾ ਸਾਹਮਣੇ ਆਇਆ, ਜਿੱਥੇ ਲਾਠੀਆਂ ਨਾਲ ਕੁਝ ਨਕਾਬਪੋਸ਼ ਗੁੰਡਿਆਂ ਨੇ ਯੂਨੀਵਰਸਿਟੀ ਕੈਂਪਸ ਦੇ ਅੰਦਰ ਵੜ ਕੇ ਅਧਿਆਪਕਾਂ ਤੇ ਵਿਦਿਆਰਥੀਆਂ ਤੇ ਹਮਲਾ ਕਰ ਦਿੱਤਾ। ਗੁੰਡਾਗਰਦੀ ਤੇ ਹੁੱਲੜਬਾਜ਼ੀ ਇਸ ਕਦਰ ਮਚੀ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਮਜਬੂਰੀ ਵੱਸ ਪੁਲਿਸ ਸੱਦਣੀ ਪਈ। ਇਸ ਹਮਲੇ 'ਚ 18 ਜਣੇ ਜ਼ਖਮੀ ਵੀ ਹੋਏ ਨੇ, ਜਿਨ੍ਹਾਂ ਨੂੰ ਇਲਾਜ ਲਈ ਏਮਸ ਹਸਪਤਾਲ ਦਾਖਲ ਕਰਾਇਆ ਗਿਆ। ਏਮਸ 'ਚ ਦਾਖਲ ਵਿਦਿਆਰਥੀਆਂ ਨੂੰ ਗੰਭੀਰ ਸੱਟਾਂ ਲੱਗੀਆਂ, ਉਹਨਾਂ ਦੀਆਂ ਹੱਡੀਆਂ ਤੱਕ ਟੁੱਟ ਗਈਆਂ ਨੇ। ਇਸ ਹਮਲੇ ਦੌਰਾਨ ਜੇਐਨਯੂ ਸਟੂਡੈਂਟ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼ ਵੀ ਬੁਰੀ ਤਰ੍ਹਾਂ ਫੱਟੜ ਹੋਈ, ਜਿਸਦੇ ਸਿਰ 'ਚ ਗੰਭੀਰ ਸੱਟ ਲੱਗੀ। ਆਇਸ਼ੀ ਨੂੰ ਏਮਸ ਦੇ ਟਰੋਮਾ ਸੈਂਟਰ 'ਚ ਦਾਖਲ ਕਰਾਇਆ ਗਿਆ। ਪੁਲਿਸ ਨੇ ਕੈਂਪਸ 'ਚ ਦਾਖਲ ਹੁੰਦੇ ਹੀ ਫਲੈਗ ਮਾਰਚ ਕੱਢਿਆ, ਜਿਸ ਮਗਰੋਂ ਹਾਲਾਤ ਸ਼ਾਂਤ ਹੋਣ ਦਾ ਦਾਅਵਾ ਵੀ ਕੀਤਾ ਗਿਆ। ਇਸ ਪੂਰੇ ਘਟਨਾਕ੍ਰਮ ਤੇ ਰਾਜਨੀਤੀ ਵੀ ਸਰਗਰਮ ਹੈ। ਰਾਜਨੇਤਾ ਵੀ ਆਪੋ ਆਪਣੇ ਸਿਆਸੀ ਪੈਂਤਰੇ ਅਜ਼ਮਾ ਰਹੇ ਨੇ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਮਾਮਲੇ ਦੀ ਪੁਲਿਸ ਕਮਿਸ਼ਨਰ ਤੋਂ ਰਿਪੋਰਟ ਮੰਗੀ ਹੈ। ਇਸ ਦੌਰਾਨ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਏਮਸ ਪਹੁੰਚ ਕੇ ਵਿਦਿਆਰਥੀਆਂ ਦਾ ਹਾਲ ਜਾਣਿਆ, ਨਾਲ ਹੀ ਕੇਂਦਰ ਸਰਕਾਰ ਨੂੰ ਲਪੇਟ 'ਚ ਲੈਂਦਿਆਂ ਕਿਹਾ ਕਿ ਮੰਦਭਾਗੀ ਗੱਲ ਹੈ, ਸਰਕਾਰ ਆਪਣੇ ਹੀ ਵਿਦਿਆਰਥੀਆਂ ਤੇ ਹਿੰਸਾ ਦੀ ਆਗਿਆ ਦੇ ਰਹੀ ਹੈ। ਸੀਪੀਐਮ ਦੇ ਨੇਤਾ ਜਨਰਲ ਸਕੱਤਰ ਸੀਤਾਰਮਨ ਯੈਚੂਰੀ ਨੇ ਇਸ ਮਾਮਲੇ 'ਚ ਸਿੱਧੇ ਤੌਰ 'ਤੇ ਏਬੀਵੀਪੀ ਦਾ ਹੱਥ ਦੱਸਿਆ ਤੇ ਕਿਹਾ ਕਿ ਇਹ ਸਾਰਾ ਕੁਝ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ। ਇਸ ਮਾਮਲੇ ਦੇ ਯੂਨੀਵਰਸਿਟੀ ਪ੍ਰਸ਼ਾਸਨ ਦਾ ਬਿਆਨ ਵੀ ਸਾਹਮਣੇ ਆਇਆ। ਪ੍ਰਸ਼ਾਸਨ ਅਨੁਸਾਰ ਯੂਨੀਵਰਸਿਟੀ ਅੰਦਰ ਹਿੰਸਾ ਫੈਲਾਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਏਗਾ। ਇਸ ਘਟਨਾ ਤੋਂ ਬਾਅਦ ਰੋਸ ਚਾਏ ਯੂਨੀਵਰਸਿਟੀ ਵਿਦਿਆਰਥੀਆਂ ਨੇ ਪੁਲਿਸ ਦੇ ਹੈੱਡਕੁਆਰਟਰ ਦੇ ਬਾਹਰ ਧਰਨਾ ਦਿੱਤਾ। ਇਸ ਘਟਨਾ ਤੋਂ ਬਾਅਦ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ 'ਚ ਵੀ ਬਗਾਵਤ ਸ਼ੁਰੂ ਹੋਈ ਅਤੇ ਵਿਦਿਆਰਥੀਆਂ ਨੇ ਰੋਸ ਪ੍ਰਦਰਸ਼ਨ ਕੀਤਾ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ। ਫੋਰ ਮੋਰ ਨਿਊਜ਼ ਅਪਡੇਟਸ ਐਂਡ ਐਂਟਰਟੇਨਮੈਂਟ ਵੀਡੀਓਜ਼, ਪਲੀਜ਼ ਸਬਸਕ੍ਰਾਈਬ ਆਰ ਚੈਨਲ। ਫੋਰ ਆਲ ਲੇਟੈਸਟ ਨੋਟੀਫਿਕੇਸ਼ਨ, ਡੋਂਟ ਫੋਰਗੇਟ ਟੂ ਪ੍ਰੈਸ ਦ ਬੈਲ ਆਈਕਨ।